ਅੱਛਾ ਵੀਰੋ, ਹਰ ਚੀਜ਼ ਨੂੰ ਨਾ ਜਿਹੜਾ ਉਹ ਗਲਤ ਤਰੀਕੇ ਦੇ ਨਾਲ ਪੇਸ਼ ਕੀਤਾ ਜਾਂਦਾ ਆ। ਲੋਕੀ ਵਿਦੇਸ਼ਾਂ ਤੋਂ ਵਾਪਸ ਜਾਂਦੇ ਆ, ਕਹਿੰਦੇ ਆ ਜੀ ਅਸੀਂ ਉੱਥੋਂ ਦੀ ਇੱਦਾਂ ਆ ਗਏ, ਵਾਪਸ ਮੁੜ ਆਓ, ਇੱਦਾਂ ਕਰਿਆ, ਉੱਦਾਂ ਕਰਿਆ। ਦੇਖੋ ਵੀਰੋ, ਪ੍ਰੋਬਲਮ ਪਤਾ ਕੀ ਆ ਸਾਡੀ, ਅਸੀਂ ਨਾ ਬਹੁਤ ਛੇਤੀ ਜਿਹੜੇ ਨਾ ਉਹ ਕਾਲੇ ਪੈ ਜਾਂਦੇ ਆ। ਦੇਖੋ, ਵਿਦੇਸ਼ਾਂ ਦੇ ਵਿੱਚ ਆਉਣਾ ਕੋਈ ਮਾੜੀ ਗੱਲ ਨਹੀਂ ਹੈਗੀ, ਇਹ ਸਾਰਾ ਸਿਸਟਮ ਜਿਹੜਾ ਹੈਗਾ ਨਾ ਉਹ ਹੈਗਾ ਸਿਚੁਏਸ਼ਨ ਤੁਹਾਡੀ ਕੀ ਆ। ਹੁਣ ਦੇਖੋ, ਕੋਈ ਬੰਦਾ ਆ ਉਹ ਪੰਜਾਬ ਜਾਂ ਇੰਡੀਆ ਕਿਤੇ ਵੀ ਕੋਈ ਸਟੇਟ ਦਾ ਹੈਗਾ ਆ, ਉਹ ਉੱਥੇ 1 ਲੱਖ ਰੁਪਈਆ, 80,000 ਰੁਪਈਆ, 1.5 ਲੱਖ ਰੁਪਈਆ ਉਹ ਕਮਾਉਂਦਾ ਪਿਆ ਆ। ਹੁਣ ਤੁਸੀਂ ਬੈਠ ਕੇ ਠੰਡੇ ਦਿਮਾਗ ਨਾਲ ਸੋਚਿਓ, ਉਹ ਬੰਦਾ ਉੱਥੇ ਆਪਣੀ ਜ਼ਿੰਦਗੀ ਬਤੀਤ ਕਰ ਸਕਦਾ ਆ ਕਿ ਨਹੀਂ ਕਰ ਸਕਦਾ। ਕੋਈ ਬੰਦਾ ਆ ਉਹਦੇ ਕੋਲ ਆਪਣਾ ਘਰ ਆ, ਠੀਕ ਆ, ਕੋਈ ਬੰਦਾ ਆ ਉਹਦੇ ਕੋਲ ਆਪਣੀ ਜ਼ਮੀਨ ਜਾਇਦਾਦ ਆ, ਠੀਕ ਆ, ਉਹ ਉੱਥੇ 50-60 ਹਜ਼ਾਰ ਦੀ ਆਮਦਨ ਕਰਦਾ ਪਿਆ, ਉਹ ਆਪਣੀ ਜ਼ਿੰਦਗੀ ਬਤੀਤ ਕਰ ਸਕਦਾ ਕਿ ਨਹੀਂ ਕਰ ਸਕਦਾ। ਸੋ ਹਰ ਚੀਜ਼ ਦਾ ਇੱਕ ਸਰਕਮਸਟਾਂਸ ਹੁੰਦਾ ਆ। ਇਹ ਗੱਲ ਬਿਲਕੁਲ ਜਿਹੜੀ ਮੈਂ ਕਈ ਵਾਰੀ ਦੇਖਦਾ ਰਹਿੰਦਾ, ਲੋਕੀ ਜੀ ਕਹਿੰਦੇ ਜੀ ਇੱਥੇ ਆ ਗਏ। ਦੇਖੋ ਵੀਰੋ, ਇੱਥੇ ਆਉਣ ਦਾ ਮਕਸਦ 2 ਤਰ੍ਹਾਂ ਆ। ਇੱਕ ਬੰਦਾ ਜਿਹੜਾ ਉਹ ਵਿਦੇਸ਼ ਦੇ ਵਿੱਚ ਸੈਟਲ ਹੋਣਾ ਚਾਹੁੰਦਾ ਆ, ਔਰ ਕਈਆਂ ਦੀ ਸਿਚੁਏਸ਼ਨ ਇੱਦਾਂ ਦੀ ਆ ਪਿੱਛੇ ਕੋਈ ਘਰ ਹੈ ਨਹੀਂ, ਕੋਈ ਬਾਹਰ ਹੈ ਨਹੀਂ, ਪਿੱਛੇ ਕੋਈ ਰਿਸ਼ਤੇਦਾਰੀ ਦਾ ਕੋਈ ਸਿਸਟਮ ਨਹੀਂ ਹੈਗਾ, ਕਈਆਂ ਨੂੰ ਸਾਲ ਬਹੁਤ ਹੋ ਗਏ ਆ। ਸੋ ਹਰੇਕ ਬੰਦੇ ਦੀ ਆਪਣੀ ਸਿਚੁਏਸ਼ਨ ਆ, ਅਸੀਂ ਕੀ ਕਰਦੇ ਹਾਂ, ਅਸੀਂ ਥੋਪਣ ਲੱਗ ਪੈਂਦੇ ਹਾਂ। ਮੇਰੀ ਤੁਸੀਂ ਕਦੀ ਵੀ ਵੀਡੀਓ ਦੇਖ ਲਿਓ, ਮੈਂ ਹਮੇਸ਼ਾ ਇੱਕੋ ਹੀ ਗੱਲ ਕਹਿੰਦਾ ਹਾਂ ਕਿ ਜਿੱਦਾਂ ਤੁਹਾਨੂੰ ਠੀਕ ਲੱਗਦਾ ਤੁਸੀਂ ਉੱਦਾਂ ਕਰੋ। ਹਾਂ, ਜੇ ਤੁਹਾਡੇ ਕੋਲ, ਕਿਉਂਕਿ ਹਰੇਕ ਬੰਦੇ ਨੇ ਆਪਣਾ ਸੋਚਿਆ ਹੁੰਦਾ ਆ। ਮੈਂ ਜਦੋਂ ਆਪਣੇ ਘਰ ਤੋਂ ਨਿਕਲਿਆ ਸੀ, ਮੇਰੀ ਇਹ ਪੱਕੀ ਸੋਚ ਸੀਗੀ ਕਿ ਚਾਹੇ ਮੈਂ 20 ਸਾਲ ਰਹਾਂ, ਚਾਹੇ 15 ਸਾਲ ਰਹਾਂ, ਮੈਂ ਵਾਪਸ ਜਾਣਾ ਹੀ ਜਾਣਾ ਆ। ਲੋਕੀ ਮੈਨੂੰ ਟਿੱਚਰਾਂ ਕਰਦੇ ਰਹੇ, ਹੱਸਦੇ ਰਹੇ, ਮਜ਼ਾਕ ਕਰਦੇ ਰਹੇ, ਸੋਸ਼ਲ ਮੀਡੀਆ 'ਤੇ ਵੀ ਆਏ, ਬੜਾ ਹੱਸਿਆ, ਆਪਣੇ ਰਿਸ਼ਤੇਦਾਰ ਹੀ ਹੱਸਦੇ ਰਹੇ ਮੇਰੇ ਉੱਤੇ। ਲੇਕਿਨ ਬਾਅਦ ਦੇ ਵਿੱਚ ਉਹਨਾਂ ਨੂੰ ਮੇਰਾ ਵਿਜ਼ਨ ਪਤਾ ਲੱਗਾ ਕਿ ਨਹੀਂ, ਇਹਦਾ ਵਿਜ਼ਨ ਜਿਹੜਾ ਉਹ ਕਲੀਅਰ, ਉਹ ਮੈਨੂੰ ਦੇਖ ਕੇ ਉਹ ਵੀ ਕਹਿਣ ਲੱਗ ਪਏ ਕਿ ਅਸੀਂ ਵੀ ਚਲੇ ਜਾਣਾ। ਇੱਦਾਂ ਨਹੀਂ ਹੁੰਦਾ ਵੀਰੋ, ਕਿਸੇ ਦੇ ਕਹਿਣ ਦੇ ਉੱਤੇ ਕੋਈ ਚੀਜ਼ ਜਿਹੜੀ ਉਹ ਪੋਸੀਬਲ ਨਹੀਂ ਹੈਗੀ। ਠੀਕ ਆ ਜੀ, ਮੈਂ ਆਪਣੀ ਸਿਚੁਏਸ਼ਨ ਦੇਖਣੀ ਆ, ਤੁਸੀਂ ਆਪਣੀ ਸਿਚੁਏਸ਼ਨ ਦੇਖਣੀ ਆ। ਹਾਂ, ਜਿਹਦੇ ਕੋਲ ਭਾਰਤ ਦੇ ਵਿੱਚ ਪੈਸਾ ਆ, ਅੱਜ ਦੇ ਯੁੱਗ ਦੇ ਵਿੱਚ ਹਾਲ ਥੋੜ੍ਹੀ, ਜਿਹੜੀ ਹਾਲਾਤ ਉਹ ਥੋੜ੍ਹੇ ਔਖੇ ਹੋ ਗਏ ਆ, ਕਿਉਂਕਿ ਮਹਿੰਗਾਈ ਬਹੁਤ ਵੱਧ ਗਈ ਆ। ਅੱਗੇ ਜਿਹੜੀ ਵਿਦੇਸ਼ਾਂ ਦੇ ਵਿੱਚ ਮਹਿੰਗਾਈ ਨਹੀਂ ਸੀ, ਜਿਹੜੇ ਫੈਕਟ ਆ ਉਹ ਫੈਕਟ ਰਹਿਣਗੇ। ਇੱਦਾਂ ਨਹੀਂ ਹੈਗਾ ਕਿ ਮੈਂ ਜੇ ਕੁਛ ਬੋਲਦਾ ਪਿਆ ਤਾਂ ਇਹਦਾ ਮਤਲਬ ਕਿ ਤੁਸੀਂ ਉਹਨੂੰ ਤੁਸੀਂ ਸੋਚੋ, ਵਿਚਾਰੋ, ਫਿਰ ਉਹਦੀ ਗੱਲ ਕਰੋ। ਹੁਣ ਤੁਸੀਂ ਆਪ ਦੇਖੋ, ਪਹਿਲਾਂ ਇੱਕ ਕੰਮ ਦੇ ਲਈ 2 ਬੰਦੇ ਹੁੰਦੇ ਸੀ, ਹੁਣ ਉਹੀ ਕੰਮ ਦੇ ਲਈ 50 ਬੰਦੇ ਆ, ਔਰ ਸਾਰੇ ਮੁਲਕਾਂ ਤੋਂ ਬੰਦੇ ਇੱਥੇ ਆ ਰਹੇ ਆ। ਕੰਟਰੀਆਂ ਇਹ ਛੋਟੀਆਂ ਆ, ਹੁਣ ਜਗ੍ਹਾ ਤਾਂ 19 ਆ ਨਾ। ਹੁਣ ਇੱਕ ਥਾਂ ਦੇ ਉੱਤੇ ਪਹਿਲਾਂ 100 ਬੰਦਾ ਰਹਿੰਦਾ ਸੀ, ਹੁਣ ਉਹੀ ਥਾਂ ਦੇ ਉੱਤੇ 500 ਹੋ ਗਿਆ। ਚਲੋ, ਇਹ ਵੀ ਕੋਈ ਬੰਦਾ ਕਹਿ ਸਕਦਾ ਕਿ ਕਾਰੋਬਾਰ ਵੀ ਤਾਂ ਉਨਾ ਹੀ ਵਧਣਾ, ਪਰ ਕਿੰਨਾ ਵੱਧ ਜਾਏਗਾ, ਕਿੰਨੀਆਂ ਦੁਕਾਨਾਂ ਖੁੱਲ ਜਾਣਗੀਆਂ। ਸੋ ਇਸ ਤੋਂ ਬਾਅਦ ਜਿਹੜੇ ਵੱਡੇ ਬਿਜ਼ਨਸਮੈਨ ਆ, ਉਹਨਾਂ ਨੂੰ ਪ੍ਰੋਫਿਟ ਹੁੰਦਾ, ਲੇਕਿਨ ਆਮ, ਅਸੀਂ ਇੰਡੀਆ 'ਚ ਵੀ ਜਿਹੜੇ ਉਹ ਆਮ ਸੀਗੇ, ਗਰੀਬੀ ਤੋਂ ਦੁਖੀ ਹੋ ਕੇ ਆਏ ਆ, ਸਿਸਟਮ ਤੋਂ ਦੁਖੀ ਹੋ ਕੇ ਆਏ ਆ, ਤੇ ਇੱਥੇ ਆ ਕੇ ਵੀ ਉਹੀ ਚੀਜ਼ਾਂ ਜੇ ਹੋਣ ਲੱਗ ਪਈਆਂ, ਸਿਸਟਮ, ਗਰੀਬੀ, ਤੇ ਫਿਰ ਉਹਦਾ ਫਾਇਦਾ ਕੀ ਆ। ਸੋ ਆਪਣੀ ਸਿਚੁਏਸ਼ਨ ਦੇਖੋ ਜੀ, ਕਈਆਂ ਦੇ ਹਾਲਾਤ ਬਹੁਤ ਪਿੱਛੇ ਖਰਾਬ ਆ, ਉਹ ਨਹੀਂ ਜਾ ਸਕਦੇ। ਜਿਹਦੇ ਕੋਲ ਇੰਡੀਆ ਘਰ ਨਹੀਂ ਹੈਗਾ, ਮੈਂ ਉਹਨੂੰ ਬਾਰ ਬਾਰ ਇਹੀ ਕਹਿੰਦਾ ਕਿ ਭਾਈ ਤੂੰ ਇੱਥੇ ਆ ਜਾ, ਤੂੰ ਇੱਥੋਂ ਵਾਪਸ ਜਾਣ ਦਾ ਨਾਮ ਨਾ ਲੈ, ਆਪਣੀ ਜ਼ਿੰਦਗੀ ਇੱਥੇ ਗੁਜ਼ਾਰ, ਵਧੀਆ ਤਰੀਕੇ ਨਾਲ ਵਿਆਹ ਕਰਾਓ ਆਪਣਾ, ਜੋ ਵੀ ਮਾੜਾ ਮੋਟਾ ਜਿੱਦਾਂ ਵੀ ਚੱਲਦਾ, ਕਈ ਚਲੋ ਮਿਹਨਤ ਕਰਦੇ ਅੱਗੇ ਨਿਕਲ ਜਾਂਦੇ ਆ, ਹਨਾ। ਸੋ ਆਪਣੀ ਸਿਚੁਏਸ਼ਨ ਨੂੰ ਦੇਖੋ, ਐਵੇਂ ਨਾ ਮੂੰਹ ਚੱਕ ਕੇ ਉਹ ਜੋ ਚਲਾ ਮੈਂ ਵੀ ਚਲਾ, ਇੱਦਾਂ ਨਹੀਂ ਹੁੰਦਾ ਵੀਰੋ। ਮੈਂ ਬਹੁਤ ਵਾਰ ਕਹਿੰਦਾ, ਮਚਿਓਰ ਬਣੋ, ਸੋਚ ਆਪਣੀ ਵੱਡੀ ਕਰੋ, ਤਾਂ ਕਿ ਤੁਸੀਂ ਇਹ ਚੀਜ਼ਾਂ ਨੂੰ ਜਿਹੜਾ ਸਮਝ ਸਕੋ। ਔਰ ਇਹ ਜਿਹੜੀਆਂ ਚੀਜ਼ਾਂ ਦੇ ਡਿਸੀਜ਼ਨ ਹੁੰਦੇ ਨਾ, ਇਹ 20-22 ਸਾਲ ਦੀ ਉਮਰ 'ਚ ਲਏ ਜਾਂਦੇ ਆ। ਅਸੀਂ ਤਾਂ ਉਹਨਾਂ ਉਮਰਾਂ ਦੇ ਵਿੱਚ ਜਰਦੇ, ਚੈਨੀਆਂ ਖੈਨੀਆਂ, ਸ਼ਰਾਬਾਂ, ਸਿਗਰਟਾਂ, ਬੀੜੀਆਂ, ਠੀਕ ਆ, ਡੋਡੇ, ਫੀਮ, ਭੁੱਕੀ, ਉਹ ਖਾਈ ਜਾਂਦੇ ਪਏ, ਤਾਂ ਸਹੀ ਡਿਸੀਜ਼ਨ ਕਦੋਂ ਲੈਣਾ। ਹੁਣ ਚੱਕ ਕੇ ਮੂੰਹ, ਜੇ ਬੰਦਾ ਕੋਈ ਕਹੇ ਮੈਂ 35 ਸਾਲ ਦੇ ਨੇ ਜੀ, ਮੈਂ ਇੰਡੀਆ ਚਲੇ ਜਾਣਾ, ਉਹ ਕਿੱਦਾਂ ਇੰਡੀਆ ਚਲੇ ਜਾਊਂਗਾ? ਇੰਡੀਆ ਦੇ ਵਿੱਚ ਜਾਣ ਦੇ ਲਈ ਤੁਹਾਡੇ ਕੋਲ 1-1.5 ਲੱਖ ਦੀ ਆਮਦਨ ਹੈਗੀ ਆ,
ਤੁਹਾਡਾ ਪਰਿਵਾਰ ਜਿਹੜਾ ਉਹ ਇੰਡੀਆ ਦੇ ਵਿੱਚ ਸੈਟਲ ਆ, ਤੁਹਾਡੇ ਬੱਚੇ ਉੱਥੇ ਦੇ ਯੂਸ ਟੂ ਆ, ਪੜ੍ਹਾਈ ਦੇ ਵਿੱਚ ਲਾਇਕ ਆ, ਕਿ ਤੁਸੀਂ ਵਾਰ ਵਾਰ ਇੰਡੀਆ ਜਾਂਦੇ ਪਏ ਆ, ਤੁਸੀਂ ਸਿਸਟਮ ਨੂੰ ਸਮਝਦੇ ਪਏ ਆ, ਇੰਡੀਆ ਜਾਣਾ ਏਡਾ ਸੌਖਾ ਨਹੀਂ ਹੈਗਾ ਜੀ। ਸੋ ਪੈਸੇ ਦੇ ਨਾਲ ਇੰਡੀਆ ਨਹੀਂ ਜਾਇਆ ਜਾਂਦਾ, ਬਿਨਾਂ ਪੈਸੇ ਤੋਂ ਵੀ ਇੰਡੀਆ ਚੱਲ ਜਾਂਦੇ ਜਾਣ ਵਾਲੇ, ਲੇਕਿਨ ਉਹ ਡਿਪੈਂਡ ਕਰਦਾ ਹੈ ਕਿ ਤੁਹਾਡਾ ਵਿਜ਼ਨ ਕੀ ਆ, ਸੋਚ ਕੀ ਰੱਖੀ ਹੋਈ ਆ ਤੁਸੀਂ। ਸੋਚ ਬਣਦੀ ਆ ਜਵਾਨੀ ਦੇ ਵਿੱਚ। ਪਹਿਲਾਂ ਸਾਡੇ ਬਜ਼ੁਰਗ ਜਿਹੜੇ ਜਾਂਦੇ ਸੀ ਵਿਦੇਸ਼ਾਂ ਨੂੰ, ਉਹਨਾਂ ਦੀ ਸੋਚ ਹੁੰਦੀ ਸੀ ਪੈਸਾ ਕਮਾਉਣਾ, ਵਾਪਸ ਆ ਜਾਣਾ, ਔਰ ਕਿੰਨਿਆਂ ਦੇ ਮਾਂ ਬਾਪ ਜਿਹੜੇ ਉਹ ਵਾਪਸ ਵੀ ਆਏ ਹੋਏ ਆ, ਲੇਕਿਨ ਅੱਜ ਦੇ ਬੱਚਿਆਂ ਨੂੰ ਤਾਂ ਪਤਾ ਹੀ ਕੁਛ ਨਹੀਂ। ਸੋ ਖਿਆਲ ਰੱਖ।